ਪੰਜਾਬੀ ਨੈਸ਼ਨਲ ਖਬਰਾਂਜ ਆਪ ਸਭ ਨੂੰ ਜੀ ਆਇਆਂ ਆਖਦੇ ਆਓ ਪਹਿਲਾਂ ਨਿਗਾਹ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਤੇ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਬਾਰੇ ਕੀਤੇ ਟਵੀਟ ਦੇ ਛਿੜੇ ਚਰਚ ਰਕੇਸ਼ ਟਿਕਾਤ ਨੇ ਚੋਣਾ ਲੜਨ ਦੇ ਕਿਆਸ ਕੀਤੇ ਖਾਰਜ ਪਰ ਵੋਟ ਤੇ ਝੋਟ ਦੇਣ ਦੀ ਗਲਤੀ ਦਿੱਤਾ ਜ਼ੋਰ Indian Medical Association ਨੇ ਤੀਜੀ ਲਹਿਰ ਪ੍ਰਤੀ ਭਾਰਤ ਸਰਕਾਰ ਨੂੰ ਸੁਚੇਤ ਕੀਤਾ ਪੀਐਮ ਮੋਦੀ ਅਤੇ ਸੂਬਾ ਸਰਕਾਰਾਂ ਨੂੰ ਕੋਵਿਡ ਨਿਯਮਾਂ 'ਚ ਅਜੇ 3 ਮਹੀਨੇ ਢਿੱਲ ਨਾ ਦੇਣ ਦੀ ਕੀਤੀ ਅਪੀਲ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਜੁਝਾਰੂ ਖਿਡਾਰੀ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ ਇਰਾਕ ਦੇ ਦੱਖਣੀ ਸ਼ਹਿਰ ਨਸੀਰੀਆ ਚ ਕੋਵਿਡ ਹਸਪਤਾਲ ਨੂੰ ਲੱਗੀ ਅੱਗ ਪ੍ਰਧਾਨ ਮੰਤਰੀ ਨੇ ਹਸਪਤਾਲ ਦੇ ਸੁਰੱਖਿਆ ਪ੍ਰਬੰਧਕਾਂ ਨੂੰ ਮੁਅਤਲ ਕਰਨ ਤੇ ਗ੍ਰਿਫਤਾਰ ਕਰਨ ਦੇ ਸੁਣਾਏ ਹੁਕਮ ਤੇ ਹੁਣ ਖਬਰਾਂ ਵਿਸਥਾਰ ਨਾਲ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਹੁਣ ਇੱਕ ਨਵਾਂ ਦਾਅ ਖੇਡਿਆ ਹੈ ਵਿਰੋਧੀਆਂ ਨੂੰ ਅਤੇ ਆਪਣਿਆਂ ਨੂੰ ਮੋਟੇ ਹੱਥੀ ਲੈਣ ਵਾਲੇ ਸਿੱਧੂ ਦੇ ਹੁਣ ਆਮ ਆਦਮੀ ਪਾਰਟੀ ਬਾਰੇ ਕੀਤੇ ਟਵੀਟ ਨੇ ਚਰਚੇ ਛੇੜ ਦਿੱਤੇ ਨੇ ਇਸ ਵਾਰ ਸਿੱਧੂ ਨੇ ਟਵਿੱਟਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਇੱਕ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਮਾਨ ਸਿੱਧੂ ਦੀ ਪ੍ਰਸ਼ੰਸਾ ਕਰਦੇ ਦਿਖਾਈ ਦੇ ਰਹੇ ਨੇ ਸਿੱਧੂ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਮੇਰੇ ਵੱਲੋਂ ਚੁੱਕੇ ਪੰਜਾਬ ਦੇ ਮੁੱਦਿਆਂ ਨੂੰ ਹਮੇਸ਼ਾ ਮਾਨਤਾ ਦਿੱਤੀ ਹੈ ਇਸ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਸਿੱਧੂ ਨੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਭੰਬਲ ਪੂਸੇ ਵਿੱਚ ਪਾ ਦਿੱਤਾ ਹੈ ਨਾਲ ਹੀ ਪਾਰਟੀ ਹਾਈ ਕਮਾਂਡ ਵੀ ਸੋਚੀ ਪੈ ਸਕਦੀ ਹੈ ਪਿਛਲੇ ਕੁਝ ਦਿਨਾਂ ਤੋਂ ਜਦੋਂ ਪਾਰਟੀ ਹਾਈ ਕਮਾਂਡ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੱਬਾਂ ਪਾਰ ਹੈ ਇਸ ਦੌਰਾਨ ਸਿੱਧੂ ਨੇ ਸੋਸ਼ਲ ਮੀਡੀਆ ਤੇ ਅਜੀਹਾ ਸੰਦੇਸ਼ ਦੇ ਕੇ ਸਮੱਸਿਆ ਨੂੰ ਹੋਰ ਉਲਝਾ ਦਿੱਤਾ ਹੈ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਇਨੀ ਦਿਨੀ ਆਪਣੇਆਂ ਨੂੰ ਘੱਟ ਤੇ ਵਿਰੋਧੀਆਂ ਨੂੰ ਵਧੇਰੇ ਰਗੜਾ ਲਾ ਰਹੇ ਨੇ ਹੁਣ ਫਿਰ ਸਿੱਧੂ ਨੇ ਬੇਅਦਬੀ ਦੇ ਮੁੱਦੇ ਤੇ ਬਾਦਲਾਂ ਉੱਤੇ ਤਕੜਾ ਹਮਲਾ ਬੋਲਿਆ ਹੈ ਸਿੱਧੂ ਨੇ ਟਵੀਟ ਕਰਦਿਆਂ ਬਾਦਲਾਂ ਨੂੰ ਆਖਿਆ ਕਿ ਪੰਜਾਬ ਦੇ ਲੋਕ ਸਵਾਲ ਕਰ ਰਹੇ ਨੇ ਕਿ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸਰੂਪ ਦੇ ਮਾਮਲੇ ਵਿੱਚ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਉਚਿਤ ਜਾਂਚ ਕਿਉਂ ਨਹੀਂ ਕੀਤੀ ਜਿਸ ਦਾ ਨਤੀਜਾ ਬਾਅਦ ਵਿੱਚ ਪ੍ਰੋਟੈਸਟਾਂ ਅਤੇ ਅਕਤੂਬਰ 2015 ਦੀ ਫਾਇਰਿੰਗ ਦੇ ਰੂਪ ਵਿੱਚ ਨਿਕਲਿਆ। ਉਹਨਾਂ ਇਹ ਵੀ ਪੁੱਛਿਆ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਸਬੂਤਾਂ ਦੇ ਨਾਲ ਭੰਨ ਤੋੜ ਕਰਨ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸੇ ਤਰ੍ਹਾਂ ਐਸਐਸਪੀ ਚਰਨਜੀਤ ਸ਼ਰਮਾ ਦੇ ਵਾਹਨ ਨੂੰ ਪੰਕਜ ਬਾਂਸਲ ਦੀ ਵਰਕਸ਼ਾਪ ਤੇ ਲਜਾਇਆ ਗਿਆ ਤੇ ਉੱਥੇ ਉਸਦੇ ਗੋਲੀਆਂ ਦੇ ਨਿਸ਼ਾਨ ਦਿਖਾਏ ਗਏ ਇਹ ਸਭ ਇਹ ਦਿਖਾਉਣ ਲਈ ਕੀਤਾ ਗਿਆ ਕਿ ਪੁਲਿਸ ਵੱਲੋਂ ਸਵੈ ਰੱਖਿਆ ਲਈ ਗੋਲੀ ਚਲਾਈ ਗਈ ਸੀ ਉਹਨਾਂ ਪੁੱਛਿਆ ਕਿ ਇਸ ਸਬੰਧੀ ਆਦੇਸ਼ ਕਿਸ ਵੱਲੋਂ ਦਿੱਤੇ ਗਏ ਸਨ ਸਿੱਧੂ ਅੱਗੇ ਆਖਦੇ ਨੇ ਕਿ ਉਹਨਾਂ ਬੇਅਦਬੀ ਦੇ ਮੁੱਦੇ ਤੇ ਪਿਛਲੇ ਕੁਝ ਮਹੀਨਿਆਂ ਵਿੱਚ ਹਰ ਕਿਸੇ ਨੂੰ ਤਰਕਸੰਗਤ ਸਵਾਲ ਕੀਤੇ ਨੇ ਕਿ ਪਿਛਲੇ 6 ਸਾਲਾਂ ਵਿੱਚ ਇਸ ਲਈ ਕਿਸ ਨੂੰ ਜਵਾਬਦੇਹ ਠਹਿਰਾਇਆ ਜਾਵੇ ਸਿੱਧੂ ਦਾ ਆਖਣਾ ਹੈ ਕਿ ਅਸਲ ਦੋਛੀਆਂ ਯਾਨੀ ਕਿ ਬਾਦਲਾਂ ਤੋਂ ਸਵਾਲ ਜ਼ਰੂਰ ਪੁੱਛੇ ਜਾਣੇ ਚਾਹੀਦੇ ਨੇ ਗਿੱਦੜ ਬਾਹਾ ਤੋਂ ਦੋ ਵਾਰ ਕਾਂਗਰਸ ਦੇ ਵਿਧਾਇਕ ਬਣੇ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਮੋਰਚਾ ਖੋਲ੍ਹਿਆ ਹੈ ਵਰਿੰਗ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਟਵਿੱਟਰ ਤੇ ਟੈਗ ਕਰਦੇ ਹੋਏ ਉਹਨਾਂ ਨੂੰ ਮਨਪ੍ਰੀਤ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਅਤੇ ਉਹਨਾਂ ਨੂੰ ਰਾਜ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਵੀ ਕੀਤੀ ਹੈ। ਉਹਨਾਂ ਨੇ ਮਨਪ੍ਰੀਤ ਬਾਦਲ ਉੱਤੇ ਅਕਾਲੀ ਨੇਤਾਵਾਂ ਦਾ ਪੱਖ ਪੂਰਨ ਲਈ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਬਠਿੰਡਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਮਨਪ੍ਰੀਤ ਸਿੰਘ ਬਾਦਲ ਖਿਲਾਫ ਵੜਿੰਗ ਦੇ ਰਾਜਨੀਤਿਕ ਰੋਸ ਦੀ ਹਮਾਇਤ ਕਰਦਿਆਂ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਨੇ ਰੀਟਵੀਟ ਕੀਤਾ ਇਸ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਨੇ ਰਾਜਾ ਵੜਿੰਗ ਦੇ ਟਵੀਟ ਨੂੰ ਕੋਟ ਕਰਦਿਆਂ ਲਿਖਿਆ ਕਿ ਪੰਜਾਬ ਨੂੰ ਜੜ੍ਹਾਂ ਤੋਂ ਤਬਾਹ ਕਰਨ ਵਾਲੇ ਅਕਾਲੀ ਦਲ ਦੇ ਨਾਲ ਕਾਂਗਰਸ ਦੀ ਕਦੇ ਵੀ ਆਪਸੀ ਸਮਝਦਾਰੀ ਨਹੀਂ ਹੋ ਸਕਦੀ ਫਿਰ ਵੀ ਜੇ ਹੁਣ ਅਜਿਹੀ ਕੋਈ ਧਾਰਨਾ ਹੈ ਤਾਂ ਇਹ ਟੁੱਟਣੀ ਚਾਹੀਦੀ ਹੈ ਪੰਜਾਬ ਵਿੱਚ ਚੋਣਾਂ ਸਿਰ ਤੇ ਨੇ ਸਿਆਸਤ ਪੂਰੀ ਤਰ੍ਹਾਂ ਗਰਮ ਹੈ ਇਹਨਾਂ ਦਿਨਾਂ ਵਿੱਚ ਸਿਆਸਤਦਾਨ ਕਿਹੜੇ ਕਿਹੜੇ ਗੱਡੇ ਹੋਏ ਮੁਰਦੇ ਕੱਢਣਗੇ ਇਹ ਵੇਖਣ ਵਾਲੀ ਗੱਲ ਹੈ ਪੈਸੇ ਦਾ ਲਾਲਚ ਖੂਨ ਸਫੈਦ ਕਰ ਦਿੰਦਾ ਹੈ ਇਸ ਦੀ ਤਾਜ਼ਾ ਉਦਾਹਰਣ ਜਲੰਧਰ ਸ਼ਹਿਰ ਤੋਂ ਮਿਲੀ ਹੈ ਜਿੱਥੇ ਇੱਕ ਮਾਂ ਨੇ ਲਾਲਚ ਦੀ ਪੱਟੀ ਅੱਖਾਂ ਤੇ ਬਨ ਕੇ ਆਪਣੀਆਂ ਦੋ ਧੀਆਂ ਨੂੰ ਜ਼ਹਿਰ ਦੇ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਕ ਹਿਨਾ ਨਾਂ ਦੀ ਔਰਤ ਨੇ ਆਪਣੀ 4 ਸਾਲਾ ਤੀ ਆਇਤ ਅਤੇ 6 ਸਾਲਾ ਤੀ ਅਨੀਸ਼ਾ ਨੂੰ ਸਲਫਾਸ ਖਵਾ ਦਿੱਤੀ ਕਿਉਂਕਿ ਲੜਕੀਆਂ ਦੇ ਨਾਂ ਤੇ ਕੁਝ ਰੁਪਏ ਜਮ੍ਹਾਂ ਹੋਣ ਵਾਲੇ ਸਨ ਜਿਨ੍ਹਾਂ ਨੂੰ ਉਹਨਾਂ ਦੀ ਮਾਂ ਹਤਿਆਣਾ ਚਾਹੁੰਦੀ ਸੀ ਜਦੋਂ ਦੋਵਾਂ ਲੜਕੀਆਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਆਇਤ ਨੇ ਤਾਂ ਦਮ ਤੋੜ ਦਿੱਤਾ ਪਰ ਦੂਸਰੀ ਲੜਕੀ ਅਨੀਸ਼ਾ ਡੀ ਐਮ ਸੀ ਲੁਧਿਆਣਾ ਵਿੱਚ ਜ਼ੇਰੇ ਇਲਾਜ ਹੈ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੋਵਾਂ ਭੈਣਾਂ ਨੂੰ ਉਹਨਾਂ ਦੀ ਮਾਂ ਨੇ ਜ਼ਹਿਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਉਕਤ ਲੜਕੀਆਂ ਦਾ ਪਿਤਾ ਗੌਰਵ ਕੁਝ ਦਿਨਾ ਪਹਿਲਾਂ ਇੱਕ ਸੜਕੀ ਹਾਦਸੇ 'ਚ ਇਸ ਜਹਾਨ ਤੋਂ ਰੁਖਸਤ ਹੋ ਗਿਆ ਸੀ ਉਸ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਪੰਚਾਇਤ ਨੇ ਮਿਲ ਕੇ ਫੈਸਲਾ ਕੀਤਾ ਕਿ ਮ੍ਰਿਤਕ ਗੌਰਵ ਦੇ ਬੀਮੇ ਦੇ ਪੈਸੇ ਅਤੇ ਕੁਝ ਹੋਰ ਪੈਸੇ ਉਸ ਦੀਆਂ ਬੱਚੀਆਂ ਦੇ ਨਾਂ ਤੇ ਜਮ੍ਹਾਂ ਕਰਵਾ ਦਿੱਤੇ ਜਾਣਗੇ ਪਰ ਉਹਨਾਂ ਦੀ ਮਾਂ ਨੂੰ ਇਹ ਗਵਾਰਾ ਨਹੀਂ ਸੀ ਅਤੇ ਉਸ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਉਧਰ ਪੁਲਿਸ ਅਨੁਸਾਰ ਲੜਕੀ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ ਅੰਦੋਲਨ ਕਰ ਰਹੇ ਕਿਸਾਨਾਂ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕਿਸਾਨਾਂ ਲਈ ਵਰਤੀ ਗਲਤ ਸ਼ਬਦਾਵਲੀ ਕਾਰਨ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਗੁੱਸਾ ਹੈ ਜਿਸ ਦੇ ਮੱਦੇਨਜ਼ਰ ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਾਲੀਆਂ ਕਿਸਾਨ ਜਥੇਬੰਦੀਆਂ ਵੱਲੋਂ ਹਰਜੀਤ ਗਰੇਵਾਲ ਦੇ ਜੱਦੀ ਪਿੰਡ ਤਨੌਲਾ ਵਿੱਚ ਉਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਬੰਦੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਆਖਿਆ ਕਿ ਜਦੋਂ ਕਿਸਾਨਾਂ ਨੇ ਉਸ ਦਾ ਝੋਨਾ ਪੁੱਟ ਦਿੱਤਾ ਤਾਂ ਉਸ ਨੇ ਕਿਸਾਨਾਂ ਨੂੰ ਗੁੰਡੇ ਅਤਵਾਦੀ ਅਤੇ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ਉਹਨਾਂ ਅੱਗੇ ਆਖਿਆ ਕਿ ਹਰਜੀਤ ਗਰੇਵਾਲ ਵਰਗੇ ਲੀਡਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਕੇ ਗਰੇਵਾਲ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਕਿਸਾਨਾਗੁਰ ਰਕੇਸ਼ ਟਿਕੈਤ ਬਾਰੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਚੋਣ ਮੈਦਾਨ ਵਿੱਚ ਉਤਰਨਗੇ ਪਰ ਰਕੇਸ਼ ਟਿਕੈਤ ਨੇ ਚੋਣਾ ਲੜਨ ਦੀ ਸੰਭਾਵਨਾ ਨੂੰ ਖਾਰਜ ਕਰਦਿਆਂ 5 ਸਤੰਬਰ ਨੂੰ ਇੱਕ ਵੱਡੀ ਪੰਚਾਇਤ ਕਰਨ ਦਾ ਐਲਾਨ ਕੀਤਾ ਜਿਸ ਵਿੱਚ ਕਿਸਾਨ ਅੰਦੋਲਨ ਵਾਸਤੇ ਅਗਲੇਰੀ ਰਣਨੀਤੀ ਕਰਨਗੇ। ਉਹਨਾਂ ਸਪਸ਼ਟ ਤੌਰ ਤੇ ਆਖਿਆ ਕਿ ਅਸੀਂ ਚੋਣਾ ਨਹੀਂ ਲੜਾਂਗੇ ਪਰ ਵੋਟ ਦੀ ਝੋਟ ਜ਼ਰੂਰ ਦੇਵਾਂਗੇ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਛੜੂਨੀ ਨੇ ਆਖਿਆ ਸੀ ਕਿ ਕਿਸਾਨਾਂ ਨੂੰ ਪੰਜਾਬ ਅਸੈਂਬਲੀ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਨੇ ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਸਪਸ਼ਟ ਕਰ ਚੁੱਕਾ ਹੈ ਕਿ ਉਹ ਕਿਸਾਨ ਆਗੂ ਦੇ ਇਸ ਬਿਆਨ ਦੇ ਨਾਲ ਇਤਿਫਾਕ ਨਹੀਂ ਰੱਖਦੇ 1983 ਦੀ ਵਿਸ਼ਵ ਕੱਪ ਕ੍ਰਿਕਟ ਜੇਤੂ ਟੀਮ ਦੇ ਮੈਂਬਰ ਰਹਿ ਚੁੱਕੇ ਸਾਬਕਾ ਕ੍ਰਿਕਟਰ ਜਸ਼ਪਾਲ ਸ਼ਰਮਾ ਦਾ ਅੱਜ 66 ਸਾਲ ਦੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਉਹ ਆਪਣੇ ਪਿੱਛੇ ਪਤਨੀ, ਦੋ ਧੀਆਂ ਤੇ ਪੁੱਤਰ ਛੱਡ ਗਏ ਨੇ ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਸਨੀਕ ਸਨ ਜਸ਼ਪਾਲ ਹੋਰਾਂ 1978 ਵਿੱਚ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਇੱਕ ਰੋਜ਼ਾ ਮੈਚਾਂ ਦੇ ਨਾਲ ਕੀਤੀ ਸੀ ਇਹ ਮੈਚ ਪਾਕਿਸਤਾਨ ਖਿਲਾਫ ਸਿਆਲਕੋਟ ਵਿੱਚ ਖੇਡਿਆ ਗਿਆ ਸੀ ਜਸ਼ਪਾਲ ਸ਼ਰਮਾ ਨੂੰ ਕ੍ਰਿਕਟ ਤੋਂ ਸੰन्यास ਲੈਣ ਤੋਂ ਬਾਅਦ ਟੀਮ ਇੰਡੀਆ ਦਾ ਚੋਣਕਾਰ ਨਿਯੁਕਤ ਕੀਤਾ ਗਿਆ ਦੱਸਣਾ ਬਣਦਾ ਹੈ ਕਿ ਯੂਹਾਰੂ ਖਿਡਾਰੀ ਜਸ਼ਪਾਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 37 ਟੈਸਟ ਮੈਚਾਂ ਦੇ ਵਿੱਚ 1606 ਅਤੇ 42 ਇੱਕ ਦਿਨਾ ਮੈਚਾਂ ਦੇ ਵਿੱਚ 883 ਦੌੜਾਂ ਬਣਾਈਆਂ ਸਨ ਵਿਸ਼ਵ ਕੱਪ 1983 ਵਿੱਚ ਇੰਗਲੈਂਡ ਦੇ ਖਿਲਾਫ ਖੇਡੇ ਗਏ ਸੈਮੀਫਾਈਨਲ ਵਿੱਚ ਉਹਨਾਂ ਦੇ ਅਰਧ ਸੈਂਕੜੇ ਦੀ ਪਾਰੀ ਅੱਜ ਵੀ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿੱਚ ਵਸੀ ਹੋਈ ਹੈ ਜਸ਼ਪਾਲ ਸ਼ਰਮਾ ਦੇ ਅਕਾਲ ਚਲਾਣੇ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਦੇ ਵਿੱਚ ਸੋਗ ਦੀ ਲਹਿਰ ਹੈ ਕਰੀਬ 1 ਮਹੀਨੇ ਤੱਕ ਸ਼ਾਂਤ ਰਿਹਾ ਮੌਨਸੂਨ ਜਦ ਦੁਬਾਰਾ ਐਕਟਿਵ ਹੋਇਆ ਤਾਂ ਕਈ ਥਾਵਾਂ ਤੇ ਭਾਰੀ ਤਬਾਹੀ ਮਚਾ ਗਿਆ ਹਾਲਾਂਕਿ ਰਾਜਸਥਾਨ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ 'ਚ 1-2 ਦਿਨ ਰੁਕ ਰੁਕ ਕੇ ਮੀਂਹ ਪਿਆ ਪਰ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਨੇ ਨੁਕਸਾਨ ਵੀ ਕੀਤਾ ਮੈਕਲੋੜਗੰਜ ਦੇ ਕੋਲ ਪਕਸੂਨਾਥ ਨਾਲਾ ਪਾਣੀ ਨਾਲ ਭਰਨ ਕਾਰਨ ਪਾਣੀ ਸੜਕਾਂ ਤੇ ਆ ਗਿਆ ਜਿਸ ਕਾਰਨ ਪਾਰਕਿੰਗ 'ਚ ਲੱਗੀਆਂ ਗੱਡੀਆਂ ਰੁੜ ਗਈਆਂ ਕੁੱਲੂ 'ਚ ਮੌਨਸੂਨ ਦੀ ਪਹਿਲੀ ਬਾਰਿਸ਼ ਨਾਲ ਹੀ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਅਸਤਵ ਵਿਅਸਤ ਹੋ ਗਿਆ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੀ ਜਾਣਕਾਰੀ ਅਨੁਸਾਰ ਪਾਲਮਪੁਰ ਦੇ ਵਿੱਚ 160 ਮਿਲੀਮੀਟਰ ਤੇ ਧਰਮਸ਼ਾਲਾ ਚ 130 ਮਿਲੀਮੀਟਰ بارش ਹੋਈ ਪਾਗਲ ਨਾਲਾ ਚਹਾੜ ਆਉਣ ਕਾਰਨ ਸੜਕੀ ਮਾਰਗ ਬੰਦ ਹੋ ਗਏ ਸਬਜ਼ੀਆਂ ਦੇ ਨਾਲ ਨਿਗਮ ਦੀਆਂ ਬੱਸਾਂ ਤੇ ਹੋਰ ਵਾਨ ਫਸ ਗਏ ਜ਼ਿਕਰਯੋਗ ਹੈ ਕਿ ਹਿਮਾਚਲ ਵਿੱਚ ਬੱਦਲ ਫਟਣ ਦੀ ਖਬਰ ਵੀ ਸਾਹਮਣੇ ਆਈ ਹੈ ਉਧਰ ਕਸ਼ਮੀਰ ਚ ਕਈ ਥਾਵਾਂ ਤੇ ਬੱਦਲ ਫਟਣ ਕਾਰਨ ਹੜ ਵਰਗੇ ਮਾਹੌਲ ਬਣ ਗਿਆ ਪਾਣੀ ਘਰਾਂ ਚ ਵੜ ਗਿਆ ਕਈ ਦੁਕਾਨਾਂ ਅਤੇ ਸੜਕਾਂ ਨੁਕਸਾਨੀਆਂ ਗਈਆਂ ਪਰ ਜੰਮੂ ਕਸ਼ਮੀਰ ਪ੍ਰਸ਼ਾਸਨ ਦਾ ਆਖਣਾ ਹੈ ਕਿ ਹਾਲਾਤ ਕਾਬੂ ਦੇ ਹੇਠ ਨੇ ਇਸੇ ਦੌਰਾਨ ਕਾਂਗੜਾ ਜ਼ਿਲ੍ਹੇ ਦੇ ਵਿਧਾਨ ਸਭਾ ਖੇਤਰ ਸ਼ਾਹਪੁਰ ਦੀ ਵੋਹ ਘਾਟੀ 'ਚ بارش ਕਾਰਨ ਆਏ ਹੜ੍ਹ 'ਚ ਲਗਭਗ 6 ਘਰ ਪਾਣੀ 'ਚ ਡੁੱਬ ਗਏ। ਕਰੀਬ 12 ਲੋਕ ਲਾਪਤਾ ਦੱਸੇ ਜਾ ਰਹੇ ਨੇ। ਉੱਥੇ ਹੀ ਦੂਜੇ ਪਾਸੇ ਇਸ بارش ਨਾਲ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਆਈ ਹੈ। ਸੇਬ ਅਤੇ ਹੋਰ ਫਸਲਾਂ ਲਈ ਇਹ بارش ਸੰਜੀਵਨੀ ਦਾ ਕੰਮ ਕਰੇਗੀ। ਕੁੱਲ ਮਿਲਾ ਕੇ ਜਿੱਥੇ ਕਈ ਥਾਵਾਂ ਤੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਉਥੇ ਹੀ ਕਈ ਥਾਵਾਂ ਉੱਤੇ ਇੱਕ ਕੈਰ ਬਣ ਕੇ ਵੀ ਵਰਿਆ ਭਾਰਤ ਨੂੰ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਲਗਾਤਾਰ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕੇਂਦਰੀ ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿੱਚ 32906 ਨਵੇਂ ਕਰੋਨਾ ਕੇਸ ਸਾਹਮਣੇ ਆਏ ਨੇ ਜਿਸ ਨਾਲ ਮੁਲਕ ਵਿੱਚ ਕਰੋਨਾ ਪੀੜਤਾਂ ਦੀ કુલ ਗਿਣਤੀ 3 ਕਰੋੜ 9 ਲੱਖ 7282 ਤੱਕ ਪਹੁੰਚ ਗਈ ਹੈ ਇਸ ਮਹਾਮਾਰੀ ਕਾਰਨ ਇੱਕ ਦਿਨ ਵਿੱਚ 220 ਜਾਨਾਂ ਚਲੇ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 410784 ਤੱਕ ਪਹੁੰਚ ਗਈ ਹੈ ਸਕੂਨ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ 49007 ਲੋਕਾਂ ਨੇ ਕਰੋਨਾ ਨੂੰ ਮਾਤ ਦਿੱਤੀ ਜਿਸ ਨਾਲ ਸਿਹਤਿਆਬ ਹੋਣ ਵਾਲੇ ਵਿਅਕਤੀਆਂ ਦੀ ਸੰਖਿਆ ਵਧ ਕੇ 3 ਕਰੋੜ 63720 ਹੋ ਗਈ ਹੈ ਇਸ ਵੇਲੇ ਭਾਰਤ ਵਿੱਚ 432778 ਐਕਟਿਵ ਕੇਸ ਨੇ ਉਧਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਭਾਰਤ ਸਰਕਾਰ ਨੂੰ ਸੂਚਿਤ ਕਰਦੇ ਹੋਏ ਆਖਿਆ ਕਿ ਸੈਰ ਸਪਾਟਾ ਅਤੇ ਧਾਰਮਿਕ ਯਾਤਰਾਵਾਂ ਨਾਲ ਕੋਰੋਨਾ ਜ਼ਿਆਦਾ ਘਾਤਖੋਹ ਸਕਦਾ ਹੈ ਇਸ ਨਾਲ ਤੀਜੀ ਲਹਿਰ ਜਲਦਾ ਸਕਦੀ ਹੈ ਜਹੇ ਵਿੱਚ ਆਈਐਮਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੀਆਂ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਤੋਂ ਬਚਾ ਲਈ ਸੁਰੱਖਿਆ ਦੇ ਉਪਾਵਾਂ ਨੂੰ ਅਜੇ ਘੱਟ ਨਹੀਂ ਕਰਨਾ ਚਾਹੀਦਾ ਸੈਰ ਸਪਾਟਾ ਤੀਰਥ ਸਥਾਨਾਂ ਤੇ ਜਾਣਾ ਅਤੇ ਧਾਰਮਿਕ ਯਾਤਰਾਵਾਂ ਲਈ ਅਜੇ 3 ਮਹੀਨੇ ਦਾ ਇੰਤਜ਼ਾਰ ਕਰਨਾ ਹੀ ਬਿਹਤਰ ਹੋਵੇਗਾ ਅਗਲੀ ਮੰਦਭਾਗੀ ਖਬਰ ਇਰਾਕ ਦੇ ਦੱਖਣੀ ਸ਼ਹਿਰ ਨਸੀਰੀਆ ਦੀ ਜਿੱਥੋਂ ਦੇ ਅਲ ਹੁਸੈਨ ਕੋਵਿਡ ਹਸਪਤਾਲ ਵਿੱਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਦੋ ਸਿਹਤ ਕਰਮਚਾਰੀਆਂ ਸਮੇਤ 44 ਲੋਕਾਂ ਦੀ ਮੌਤ ਹੋ ਗਈ ਅਤੇ 68 ਲੋਕ ਜ਼ਖਮੀ ਵੀ ਹੋਏ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਕੋਵਿਡ ਵਾਰਡ ਵਿੱਚ ਆਕਸੀਜਨ ਟੈਂਕ ਵਿੱਚ ਹੋਏ ਧਮਾਕੇ ਕਾਰਨ ਲੱਗੀ ਸੀ ਇਸ ਘਟਨਾ ਤੋਂ ਬਾਅਦ ਇਰਾਕ ਦੇ ਪ੍ਰਧਾਨ ਮੰਤਰੀ ਮੁਸਤਾਫਾ ਅਲ ਕਦੀਮੀ ਨੇ ਸੀਨੀਅਰ ਮੰਤਰੀਆਂ ਦੀ ਬੈਠਕ ਬੁਲਾਈ ਜਿਸ ਵਿੱਚ ਨਸੀਰੀਆ ਹਸਪਤਾਲ ਦੇ ਸੁਰੱਖਿਆ ਪ੍ਰਬੰਧਕਾਂ ਨੂੰ ਮੁਅਤਲ ਕਰਕੇ ਗ੍ਰਿਫਤਾਰ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਾਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ ਕਿਉਂਕਿ ਅਜੇ ਵੀ ਬਹੁਤ ਸਾਰੇ ਲੋਕ ਲਾਪਤਾ ਦੱਸੇ ਜਾ ਰਹੇ ਨੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ April ਵਿੱਚ ਬਗਦਾਦ ਦੇ ਕਰੋਨਾ ਹਸਪਤਾਲ ਵਿੱਚ ਅੱਗ ਲੱਗੀ ਸੀ ਜਿਸ ਵਿੱਚ 82 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਜਦਕਿ 110 ਲੋਕ ਜ਼ਖਮੀ ਵੀ ਹੋਏ ਸਨ ਜੁੱਧ ਤੇ ਪਾਬੰਦੀਆਂ ਨਾਲ ਪਹਿਲਾਂ ਹੀ ਤਬਾਹ ਹੋਏ ਇਰਾਕ ਦਾ ਸਿਹਤ ਵਿਭਾਗ ਪਹਿਲਾਂ ਹੀ ਕਰੋਨਾ ਵਾਇਰਸ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਹੁਣ ਤੱਕ ਇਥੇ 14.38 ਲੱਖ ਤੋਂ ਵੱਧ ਲੋਕ ਕਰੋਨਾ ਮਹਾਮਾਰੀ ਨਾਲ ਪੀੜਤ ਹੋਏ ਨੇ ਜਦਕਿ 17592 ਵਿਅਕਤੀਆਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਮੈਨੂੰ ਸਵਲੀਨ ਕੌਰ ਜਸੜ ਨੂੰ ਦਿਓ ਆ ਗਿਆ ਧੰਨਵਾਦ